ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਖਿਲਾਫ ਜ਼ਿਲ੍ਹਾ ਪੱਧਰ ਤੇ ਸਾਂਝੇ ਫਰੰਟ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਫਰੀਦਕੋਟ ਦੇ ਦਫ਼ਤਰ ਮਿੰਨੀ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਤੇ ਚੇਤਾਵਨੀ ਪੱਤਰ ਦਿੱਤਾ। ਇਸ ਮੌਕੇ ਆਗੂ ਪ੍ਰੇਮ ਚਾਵਲਾ ਤੇ ਅਸ਼ੋਕ ਕੌਸ਼ਲ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਆਗੂਆਂ ਨੇ ਸਮੂਹ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਵਤੀਰਾ ਨਾ ਸੁਧਾਰਿਆ ਤਾਂ ਅਗਲੇ ਮਹੀਨੇ ਆ ਰਹੇ ਵਿਧਾਨ ਸਭਾ ਸਮਾਗਮ ਦੇ ਦੂਜੇ ਦਿਨ 1 ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਚੰਡੀਗੜ੍ਹ ਵੱਲ ਕੂਚ ਕਰਨ ਲਈ ਮਜਬੂਰ ਹੋਣਗੇ, ਜਿਸ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਅਸੀਂ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨ ਸਾਂਝਾ ਫਰੰਟ ਦੇ ਵੱਲੋਂ ਸਾਰੇ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਜਿਹੜਾ ਰੈਲੀਆਂ ਕਰਨ ਦਾ ਪ੍ਰੋਗਰਾਮ ਸੀ ਤੇ ਅਸੀਂ ਫਰੀਦਕੋਟ ਡੀਸੀ ਦਫ਼ਤਰ ਸਾਹਮਣੇ ਰੈਲੀ ਕਰਨ ਤੋਂ ਬਾਅਦ ਫਰੀਦਕੋਟ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੀ ਮਾਰਚ ਕਰਦੇ ਹੋਏ ਹਲਕਾ ਫਰੀਦਕੋਟ ਦੇ ਵਿਧਾਇਕ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਅੱਗੇ ਪਹੁੰਚੇ ਹਾਂ। ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੇ ਨਾਲ ਧੋਖਾ ਕਰ ਰਹੀ ਹੈ। ਵਿਧਾਨ ਸਭਾ ਵਿੱਚ ਇਸ ਗੱਲ ਦਾ ਝੂਠ ਮਾਰ ਰਹੀ ਹੈ ਕਿ ਅਸੀਂ ਆਪਦੇ ਜਿਹੜੇ ਚੋਣ ਮੈਨੀਫੈਸਟੋ ਦੇ 86% ਵਾਅਦੇ ਹੈ ਜਿਹੜੇ ਉਹ ਪੂਰੇ ਕਰਤੇ, ਜਦਕਿ ਕਿਸੇ ਵੀ ਕਰਮਚਾਰੀ ਨੂੰ ਇਹਨਾਂ ਨੇ ਪੱਕੇ ਨਹੀਂ ਕੀਤਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ, ਮੁਲਾਜ਼ਮਾਂ ਦਾ ਜਿਹੜਾ ਪੇ ਕਮਿਸ਼ਨ ਜਨਵਰੀ 16 ਤੋਂ ਮਤਲਬ ਕਹਿੰਦੇ ਆ ਵੀ ਅਸੀਂ ਲਾਗੂ ਕਰਨਾ, ਉਹਦਾ ਜਿਹੜਾ ਬਕਾਇਆ ਹੈ ਉਹ ਵੱਟੇ ਖੱਤੇ ਪਾਤਾ ਜਿਹੜਾ ਹੈਗਾ। ਇਸੇ ਤਰ੍ਹਾਂ DA ਦੀਆਂ ਅਣਸੋਧੇ ਤਨਖਾਹ ਸਕੇਲਾਂ ਦੀਆਂ ਉਹ ਕਿਸ਼ਤਾਂ ਨਹੀਂ ਦਿੱਤੀਆਂ, ਸੋਧੇ ਸਕੇਲਾਂ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ। ਤੋ ਅਸੀਂ ਅੱਜ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਮੰਤਰੀਆਂ ਨੇ, ਕੈਬਨਿਟ ਸਬ ਕਮੇਟੀ ਨੇ, ਪੰਜਾਬ ਦੇ ਪੇ ਕਮਿਸ਼ਨ ਨੇ ਜੋ ਤਰੁੱਟੀਆਂ ਛੱਡੀਆਂ, ਜੇ ਉਹ ਇਨਸਾਫ ਨਾ ਦਿੱਤਾ ਤਾਂ ਸਤੰਬਰ ਮਹੀਨੇ ਦੇ ਵਿੱਚ ਬਕਾਇਦਾ ਤੌਰ 'ਤੇ ਜਿਹੜੀ ਮੁਲਾਜ਼ਮਾਂ ਅਤੇ ਦਫ਼ਤਰੀ ਕਾਮਿਆਂ ਦੀ ਜਿਹੜੀ ਪੈਨ ਡਾਊਨ ਅਤੇ ਟੂਲ ਡਾਊਨ ਸਟ੍ਰਾਈਕ ਹੋਏਗੀ। ਇਸ ਤੋਂ ਬਿਨਾਂ ਜਿਹੜਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਆ ਰਿਹਾ ਉਸ ਦੇ ਅਸੀਂ ਦੂਜੇ ਦਿਨ ਚੰਡੀਗੜ੍ਹ ਦੇ ਵਿੱਚ ਲਾਮਸਾਲ ਰੈਲੀ ਕਰਾਂਗੇ, ਜਿਹੜੀ ਪਟਿਆਲੇ ਦੀ ਮਹਾਰੈਲੀ ਦੇ ਵੀ ਰਿਕਾਰਡ ਤੋੜੇਗੀ ਅਤੇ ਵਿਧਾਨ ਸਭਾ ਦੇ ਵੱਲ ਮਾਰਚ ਕਰਦੇ ਹੋਏ ਜਿਹੜੀ ਹੈਗੀ ਹੈ ਅਗਲੀ ਕਾਰਵਾਈ ਜਿਹੜੀ ਪ੍ਰਸ਼ਾਸਨ ਦੇ। ਤੋ ਇਸ ਕਰਕੇ ਅਸੀਂ ਚੇਤਾਵਨੀ ਦਿੱਤੀ ਹੈ ਅੱਜ ਸਾਰੇ ਦੇ ਸਾਰੇ ਡਿਸਟ੍ਰਿਕਟ ਹੈੱਡਕੁਆਟਰਾਂ 'ਤੇ, ਜਿਵੇਂ ਹਲਕਾ ਫਰੀਦਕੋਟ ਦੇ ਵਿਧਾਇਕ ਅੱਜ ਕਹਿੰਦੇ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਉਹਨਾਂ ਦੇ PA ਨੇ ਨੁਮਾਇੰਦੇ ਨੇ ਮਤਲਬ ਇਹ ਮੰਗ ਪੱਤਰ ਹਾਸਲ ਕੀਤਾ ਹੈਗਾ। ਤੋ ਅਸੀਂ ਅੱਜ ਸਮੁੱਚੇ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਜ਼ਿਲ੍ਹਾ ਫਰੀਦਕੋਟ ਦੇ ਵਿੱਚ, ਜਿਹਦੇ 'ਚ ਦਫ਼ਤਰੀ ਕੰਮ ਹੈ, ਹੋਰ ਟੈਕਨੀਕਲ ਕੰਮ ਹੈ, ਅਧਿਆਪਕ, ਪੈਨਸ਼ਨ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਕਿ ਪੰਜਾਬ ਸਰਕਾਰ, ਪੰਜਾਬ ਦੀ ਕਾਂਗਰਸ ਪਾਰਟੀ ਅਜੇ ਵੀ ਕੰਧ 'ਤੇ ਲਿਖਿਆ ਪੜ੍ਹ ਲਏ। ਜੇਕਰ ਜੇ ਇਹ ਕੁਝ ਨਹੀਂ ਵਾਪਰਦਾ ਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਇਹਦੇ ਨਤੀਜੇ ਆ ਜਿਹੜੇ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਭੁਗਤਣੇ ਪੈਣਗੇ। ਇਹ ਸਾਡਾ ਸਪਸ਼ਟ ਚੇਤਾਵਨੀ ਹੈ ਜੋ ਅਸੀਂ ਅੱਜ ਮੁੱਖ ਮੰਤਰੀ ਦੇ ਨਾਂ ਦਿੱਤੀ ਹੈ। ਸਰਕਾਰ ਨਾਲ ਜਿਹੜੇ 4 ਰਾਊਂਡ ਦੀ ਗੱਲ ਹੋਈ ਹੈ ਜੀ, ਉਹਦੇ 'ਚ ਪਹਿਲਾ ਰਾਊਂਡ ਜਦੋਂ ਵਿੱਤ ਮੰਤਰੀ ਨਹੀਂ ਸੀ, 29 ਦੀ ਪਟਿਆਲਾ ਮਹਾਰੈਲੀ ਤੋਂ ਅਗਲੇ ਦਿਨ ਹੀ 30 ਜੁਲਾਈ ਨੂੰ ਜਿਹੜੀ ਮੀਟਿੰਗ ਹੋਈ ਹੈ ਉਹ ਬੜੀ ਪੋਜ਼ਿਟਿਵ ਸੀ। ਲੱਗਦਾ ਸੀਗਾ ਵੀ ਸਰਕਾਰ ਕੋਈ ਨਾ ਕੋਈ ਰਾਹ 'ਤੇ ਆ ਗਈ ਹੈ, ਪਰ ਜਦੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਿਹੜੀ ਅਗਲੀਆਂ ਮੀਟਿੰਗਾਂ 'ਚ ਆ ਗਿਆ, ਉਹੀ ਅੜੀ ਜਿਹੜੀ ਹੈ ਵੀ 2011 'ਚ ਕੁਛ ਵਾਧਾ ਮਿਲਿਆ ਸੀ 10 ਵਰੇ ਪਹਿਲਾਂ, ਜਦੋਂ ਪੇ ਕਮਿਸ਼ਨ 'ਤੇ 1-1-16 ਦਾ ਲਾਗੂ ਕਰਨਾ, ਇੱਕ 2011 ਵਾਲਾ ਮਸਲਾ ਵਿੱਚ ਲੈਣ ਦੀ ਲੋੜ ਨਹੀਂ ਸੀ ਵੀ 2-29 ਗੋਨਣਖੰਡ ਦੇ 2-9 ਮੁਲਾਜ਼ਮਾਂ 'ਚ ਮੰਡੀਆਂ ਪਈਆਂ। ਮਨਪ੍ਰੀਤ ਬਾਦਲ ਦੇ ਆਉਣ ਬਾਅਦ ਜਿਹੜਾ ਆ ਗੱਲਬਾਤ ਜਿਹੜੀ ਆ ਸਿਰੇ ਨਹੀਂ ਲੱਗੀ, ਤਾਂ ਮਤਲਬ ਹੁਣ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਆਈ ਹੈ ਵੀ ਛੇਤੀ ਜਿਹੜਾ ਹੈ ਕੈਬਨਿਟ ਸਬ ਕਮੇਟੀ ਬ੍ਰਹਮਿੰਦਰਾ ਦੀ ਅਗਵਾਈ ਵਾਲੀ ਉਹ ਛੇਤੀ ਸਾਰਾ ਤੈਅ ਕਰਕੇ ਮੇਰੇ ਵੱਲ ਸਿਫਾਰਿਸ਼ਾਂ ਮੇਰੇ ਕੋਲ ਲਿਆਵੀ। ਮੁੱਖ ਮੰਤਰੀ ਦੇ ਬਿਆਨਾਂ ਤੋਂ ਇਹ ਲੱਗਦਾ ਵੀ ਉਹ ਛੇਤੀ ਨਿਬੇੜਨਾ ਚਾਹੁੰਦਾ ਮੁਲਾਜ਼ਮਾਂ ਦਾ ਮਸਲਾ, ਕਿਉਂਕਿ ਉਹ ਵੀ ਤੰਗ ਆ ਗਏ ਪਟਿਆਲੇ ਨਿੱਤ ਦਿਹਾੜੀ ਮੋਤੀ ਮਹਿਲ ਕੰਨੀ ਮੁਜ਼ਾਹਰੇ ਮਾਰਚ ਬਹੁਤ ਜ਼ਿਆਦਾ ਪਟਿਆਲੇ ਜਿਹੜਾ ਹੈ ਜ਼ੋਰ ਲੱਗਿਆ ਹੋਇਆ ਮੁਲਾਜ਼ਮ ਜਿੰਨੇ ਹੱਕਾਂ ਖਾਤਰ ਲੜ ਰਹੇ ਲੋਕ, ਪਟਿਆਲੇ ਦਾ ਮੇਰੇ ਖਿਆਲ ਪ੍ਰਸ਼ਾਸਨ ਵੀ ਤੰਗ ਆ ਗਿਆ ਅਤੇ ਮੁੱਖ ਮੰਤਰੀ ਵੀ ਤੰਗ ਆ ਗਿਆ, ਪਰ ਉਹਦੀ ਆ ਕੈਬਨਿਟ ਸਬ ਕਮੇਟੀ ਜਿਹੜੀ ਆ ਬ੍ਰਹਮਿੰਦਰਾ ਦੀ ਚੇਅਰਮੈਨੀ ਵਾਲੀ ਉਹਦੇ 'ਚ ਮਨਪ੍ਰੀਤ ਗੱਲ ਸਿਰੇ ਨਹੀਂ ਲੱਗਣ ਦੇਣਾ ਚਾਹੁੰਦਾ। ਸਾਨੂੰ ਇਹ ਲੱਗਦਾ ਵੀ ਮਨਪ੍ਰੀਤ ਬਾਦਲ ਦੀ ਜਿਵੇਂ ਉਹ ਹਰਿੰਦਰ ਲਾਡੀ ਇਹਨਾਂ ਦਾ ਆਪਦਾ ਹੀ ਹਲਕਾ ਇੰਚਾਰਜ ਹੈ, ਉਹ ਇਲਜ਼ਾਮ ਲਾ ਰਿਹਾ ਵੀ ਇਹ ਆਪਦੇ ਤਾਏ ਨਾਲ ਅਤੇ ਸੁਖਬੀਰ ਬਾਦਲ ਨਾਲ ਸੈਟਿੰਗ ਹੈ, ਇਹ ਕਾਂਗਰਸ ਦੀਆਂ ਜੜ੍ਹਾਂ 'ਚ ਤੇਲ ਦੇਣ ਲੱਗਿਆ। ਸਾਨੂੰ ਵੀ ਉਹੀ ਸ਼ੰਕਾ ਹੈ ਵੀ ਇਹ ਜਾਣ ਬੁੱਝ ਕੇ ਗੱਲ ਸਿਰੇ ਨਹੀਂ ਲੱਗਣ ਦੇ ਰਿਹਾ ਮਨਪ੍ਰੀਤ ਬਾਦਲ, ਅਤੇ ਜੇ ਮੁੱਖ ਮੰਤਰੀ ਇਹ ਗੱਲ ਨਿਬੇੜਨਾ ਚਾਹੁੰਦਾ ਆਪ ਮੀਟਿੰਗ 'ਚ ਬੈਠੇ ਆਪ ਮਸਲੇ ਹੱਲ ਕਰੇ। 15 ਵਰਿਆਂ ਬਾਅਦ ਜਿਹੜੀ ਰਿਵੀਜ਼ਨ ਹੋ ਰਹੀ ਹੈ ਮੁਲਾਜ਼ਮਾਂ ਦੀ, ਅਤੇ ਆ ਜਿਹੜੀਆਂ ਆਸ਼ਾ ਭੈਣਾਂ ਆ ਇਹ ਵਿਚਾਰੀਆਂ ਨੂੰ ਪੂਰੇ ਮੁਲਾਜ਼ਮ ਦਾ ਕੰਮ ਲੈਂਦੇ ਆ 2-2 ਹਜ਼ਾਰ ਰੁਪਈਆ, ਹੁਣ 2500 ਰੁਪਈਆ ਹੋਇਆ, ਜਿਹਦੇ 'ਚ ਏਟਕ ਦੇ ਲੀਡਰ ਨਿਰਮਲ ਧਾਲੀਵਾਲ ਉਹ ਮੀਟਿੰਗ 'ਚ ਵਿੱਚ ਬੈਠੇ ਸੀ, ਜਿਹੜਾ ਕੋਰੋਨਾ ਦੇ ਨਾਂ 'ਤੇ ਇਹਨਾਂ ਨੂੰ 2500 ਰੁਪਈਆ ਪਿਛਲੇ ਸਾਲ ਜੂਨ ਤੋਂ ਸ਼ੁਰੂ ਕੀਤਾ ਸੀ ਉਹ 2500 ਰੁਪਈਆ ਇਹਨਾਂ ਦਾ ਪੱਕਾ ਕਰਤਾ ਹੈ। ਪਹਿਲੀ ਵਾਰ ਜਿਹੜਾ ਇਹਨਾਂ ਨੂੰ ਕੋਈ ਵੱਜਵਾਂ ਪੱਤਾ ਦਿੱਤਾ ਹੈ,
ਹੁਣ ਤੱਕ ਤਾਂ ਜੇ ਕੋਈ ਡਿਲੀਵਰੀ ਕਰਾਓ ਤਾਂ ਇੰਨੇ ਪੈਸੇ, ਆਹ ਕਰਾਓਗੇ ਤਾਂ ਇੰਨੇ ਪੈਸੇ, ਕਮਿਸ਼ਨ ਦਿੰਦੇ ਸੀ ਥੋੜ੍ਹਾ ਬਹੁਤਾ, ਅਤੇ ਹੁਣ ਪਹਿਲੀ ਵਾਰ ਹੋਇਆ ਵੀ ਇਹ 2500 ਇਹਨਾਂ ਨੂੰ ਬਜਵਾਂ ਭੱਤਾ ਮਿਲਿਆ। ਅਸੀਂ ਇਹੀ ਮੰਗ ਕਰਦੇ ਹਾਂ ਜੇ ਮੁਲਾਜ਼ਮਾਂ ਦੇ ਜਾਇਜ਼ ਮਸਲੇ ਆ, ਪੁਰਾਣੀ ਪੈਨਸ਼ਨ ਬਹਾਲ ਕਰਨੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨੇ, ਅਤੇ ਜਿਹੜੀ 15 ਵਰ੍ਹਿਆਂ ਬਾਅਦ ਜਿਹੜੀ ਪੇ ਰਿਵੀਜ਼ਨ ਹੋ ਰਹੀ ਹੈ ਉਹਦੇ 'ਚ ਮੁਲਾਜ਼ਮਾਂ ਦੇ ਕੁਛ ਪੱਲੇ ਪਾਵੇ, ਜਿਵੇਂ ਪੁਰਾਣੇ ਕਮਿਸ਼ਨਰ ਨੇ 40-40, 50-50% ਵੀ ਵਾਧਾ ਹੋਇਆ ਹੈ, ਇਹ 15% 'ਤੇ ਖੜ੍ਹਾ ਵੀ 15% ਤੋਂ ਵੱਧ ਮੈਂ ਦੇਣ ਨੂੰ ਤਿਆਰ ਨਹੀਂ। ਸੋ ਇੰਨੀਆਂ ਬੇਨਤੀਆਂ, ਜਾਂ ਆਉਣ ਵਾਲੇ ਦਿਨਾਂ 'ਚ ਲੜੇ ਜੇ ਸੰਘਰਸ਼ ਤਿੱਖਾ ਹੋਇਆ ਮੁਹਾਲੀ ਦੇ ਵਿੱਚ ਮੌਨਸੂਨ ਸੈਸ਼ਨ 'ਚ, ਤਾਂ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ, ਮਸਲਾ ਛੇਤੀ ਨਿਬੇੜ ਦੇਣਾ ਚਾਹੀਦਾ, ਇਹਨਾਂ ਕੋਲ ਆਪਦਾ ਟਾਈਮ ਬਹੁਤ ਘੱਟ ਰਹਿ ਗਿਆ ਸਰਕਾਰ ਕੋਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।